नानक जी तुसी देख सकते हो साढ़े पिछे जिथे वख-वख लंगर असीं तुहानूं दिखाए ने इत्थे टिक्कियां दा लंगर चलदा पिया। जिहड़ी टिक्की तुसी दुकानां तों खरीद के 50 रुपए दी खांदे हो इक टिक्की, इत्थे बिल्कुल फ्री जिहड़ा इह लंगर चलाया होया किसानां वल्लों। पंजाब ते हरियाणा दा सांझा लंगर आ। वीर जी नाल गल करदे आं आपां। वीर जी की नाम है तुहाडा? हरजीत सिंह जी। ते किहड़ी जगह तों? असीं पंजाब तों, हुशियारपुर जिला जी। ਠੀਕ ਹੈ। ਇਹ ਲੰਗਰ ਮਿਕਸ ਤੁਸੀਂ ਕਹਿੰਦੇ ਚੱਲ ਰਿਹਾ? ਹਾਂਜੀ ਭਾਅ ਜੀ, ਅਸੀਂ ਹੁਸ਼ਿਆਰਪੁਰ ਤੋਂ ਆ। ਵੀਰ ਜੀ ਇਹ ਨਵਾਂ ਸ਼ਹਿਰ ਤੋਂ ਨੇ, ਬਾਪੂ ਜੀ ਹੁਣੀ ਗੁਰਦਾਸਪੁਰ ਤੋਂ ਨੇ, ਹੋਰ ਮੋਗੇ ਤੋਂ ਨੇ, ਕੁਝ ਸਾਡੇ ਵੀਰ ਹਰਿਆਣੇ ਤੋਂ ਨੇ ਸਾਰੇ। ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਚਲਾ ਰਹੇ ਹਾਂ। ਕਿੰਨੇ ਦਿਨਾਂ ਤੋਂ ਚੱਲ ਰਿਹਾ ਟਿੱਕੀਆਂ ਦਾ ਲੰਗਰ? ਇਹ ਟਿੱਕੀਆਂ ਦਾ ਲੰਗਰ ਤਾਂ ਅੱਜ ਚਲਾਇਆ, ਬਾਕੀ ਸਾਡਾ ਪਕੌੜੇ, ਬ੍ਰੈਡ ਪਕੌੜਾ, ਪਾਲਕ ਪਕੌੜਾ, ਗੋਭੀ, ਆਲੂ ਫਿੰਗਰ, ਇਹ ਜਿਹੜਾ 25 ਤਰੀਕ ਤੋਂ ਹੀ ਚੱਲ ਰਿਹਾ ਹੈ ਲਗਾਤਾਰ। ਸਾਡੇ ਨਾਲ ਜਿੰਨੇ ਵੀ ਵੀਰ ਖੜੇ ਨੇ ਇਹ ਸਾਰੇ ਲੰਗਰ ਦੇ ਵਿੱਚ ਸੇਵਾ ਨਿਭਾ ਰਹੇ ਨੇ। ਮੈਂ ਬੇਨਤੀ ਕਰੂੰਗਾ ਵੀ ਥੋੜ੍ਹਾ ਜਿਹਾ ਰਸਤਾ ਛੱਡ ਦਿਓ, ਆਪਾਂ ਟਿੱਕੀਆਂ ਬਣਦੀਆਂ ਜਿਹੜੀਆਂ ਦਿਖਾ ਦਈਏ। ਅਤੇ ਸੰਜੀਵ ਨੂੰ ਬੇਨਤੀ ਆ, ਬਾਬਾ ਜੀ ਇੱਕ ਮਿੰਟ ਮਾੜਾ ਜਿਹਾ ਹੋਇਓ ਸਾਈਡ, ਟਿੱਕੀਆਂ ਬਣਦੀਆਂ ਦਿਖਾਉਣੀਆਂ ਬਸ ਆਪਾਂ। ਅਤੇ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਕਿੱਦਾਂ ਟਿੱਕੀਆਂ ਜਿਹੜੀਆਂ ਬਣ ਰਹੀਆਂ, ਅਤੇ ਟਿੱਕੀਆਂ ਦਾ ਵੀਰਾਂ ਵੱਲੋਂ ਲੰਗਰ ਲਗਾਇਆ ਗਿਆ ਕਿਉਂਕਿ ਸਾਂਝਾ ਲੰਗਰ ਇਹਨਾਂ ਨੇ ਦੱਸਿਆ ਸਾਨੂੰ ਵੀ ਸਾਂਝਾ ਲੰਗਰ ਜਿਹੜਾ ਪੰਜਾਬ ਹਰਿਆਣੇ ਦਾ ਅਤੇ ਸਾਰਿਆਂ ਦਾ ਸਾਂਝਾ ਲੰਗਰ, ਕਿਉਂਕਿ ਗੁਰੂ ਨਾਨਕ ਦੇਵ ਜੀ ਵੱਲੋਂ ਇੱਕ ਕਿਰਪਾ ਹੁਣ ਤੋਂ ਕਾਫੀ ਸਾਲ ਪਹਿਲਾਂ ਜਿਹੜੀ ਕੀਤੀ ਗਈ ਸੀ, 20 ਰੁਪਏ ਦਾ ਲੰਗਰ ਜਿਹੜਾ ਚੱਲਿਆ ਸੀ, ਪਰ ਉਹ 20 ਰੁਪਏ ਦੇ ਵਿਆਜ ਦਾ ਹੀ ਲੰਗਰ ਚੱਲ ਰਿਹਾ ਇਸ ਟਾਈਮ। ਅਤੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅਤੇ ਲੰਗਰ ਦੀਆਂ, ਜਿੱਥੇ ਅਸੀਂ ਤੁਹਾਨੂੰ ਸਾਰੇ ਪੰਜਾਬ ਦੇ ਵਿੱਚੋਂ ਵੱਖ ਵੱਖ ਆਏ ਹੋਏ ਜਿਹੜੇ ਲੰਗਰ ਨੇ ਉਹ ਤੁਹਾਨੂੰ ਦਿਖਾਏ ਨੇ। ਅਤੇ ਅੱਜ ਤੁਹਾਨੂੰ ਅਸੀਂ ਟਿੱਕੀਆਂ ਦਾ ਲੰਗਰ ਵੀ ਦਿਖਾ ਰਹੇ ਹਾਂ, ਜਿੱਦਾਂ ਬਰਗਰਾਂ ਦਾ ਲੰਗਰ ਤੁਹਾਨੂੰ ਦਿਖਾਇਆ ਸੀ ਉੱਦਾਂ ਹੀ ਇਹ ਟਿੱਕੀਆਂ ਦਾ ਲੰਗਰ ਜਿਹੜਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਨੂੰ ਛਕਾ ਰਹੇ ਨੇ। ਅਤੇ ਬੜਾ ਇਹਨਾਂ ਦਾ ਯੋਗਦਾਨ ਆ ਇਸ ਅੰਦੋਲਨ ਦੇ ਵਿੱਚ, ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ। ਅਤੇ ਜਿਹੜਾ ਕਿ ਅੱਜ ਨਵੇਂ ਸਾਲ ਦੇ ਉੱਤੇ ਇਹਨਾਂ ਨੇ ਇਹ ਟਿੱਕੀਆਂ ਦਾ ਲੰਗਰ ਲਗਾਇਆ ਹੋਇਆ। ਪਾਇਆ ਵੀ ਨਹੀਂ ਬੜਾ ਵੀਰੇ, ਸਮਾਨ ਪਾਇਆ ਥੋੜ੍ਹਾ ਜਿਹਾ ਠੀਕ ਆ।